ਭਾਰਤ ਸਰਕਾਰ ਵੱਲੋਂ ਜਿਹੜੇ 3 ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਹੈ ਉਹਦੇ ਸਬੰਧ ਵਿੱਚ ਲਗਾਤਾਰ 40 ਦਿਨ ਤੋਂ ਵੱਧ ਹੋ ਗਿਆ ਇਹ ਜਿਹੜਾ ਰੋਸ ਧਰਨਾ ਲੱਗਾ ਹੋਇਆ ਜਿਹਦੇ ਵਿੱਚ ਸਾਰੇ ਦੇਸ਼ ਭਰ ਦੇ ਕਿਸਾਨ ਜਿਹੜੇ ਸ਼ਾਮਲ ਹੋ ਕੇ ਆਪਣੀ ਮੰਗ ਮਨਵਾ ਰਹੇ ਹੈ ਕਿ ਇਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਬੜਾ ਅਫਸੋਸ ਹੈ ਕਿ ਦੁਨੀਆ ਭਰ ਦੇ ਲੋਕਾਂ ਦਾ ਅੱਜ ਧਿਆਨ ਇਸ ਪਾਸੇ ਲੱਗਾ ਹੋਇਆ ਔਰ ਲਗਾਤਾਰ ਦਿਨ ਰਾਤ ਇੰਨੀ ਠੰਡ ਵਿੱਚ ਕਿਸਾਨ ਜਿਹੜੇ ਹੈ ਉਹ ਮੋਰਚਾ ਲਾ ਕੇ ਬੈਠੇ ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਕਿਸਾਨ ਹੈ ਹਰਿਆਣੇ ਦੇ ਕਿਸਾਨ ਹੈ ਕਿਉਂਕਿ ਇਹਨਾਂ ਨੇ ਸਦਾ ਹੀ ਸੰਘਰਸ਼ਾਂ ਦੇ ਵਿੱਚ ਬਹੁਤ ਵੱਡੀਆਂ ਆਪਣੀਆਂ ਮੱਲਾਂ ਮਾਰੀਆਂ ਤੇ ਸੰਘਰਸ਼ ਜਿੱਤੇ ਹੈ ਉਹਨਾਂ ਦੇ ਮਨ ਵਿੱਚ ਇੱਕੋ ਹੀ ਹੈ ਕਿ ਜਦ ਤੱਕ ਅਸੀਂ ਇਹ ਕਿਸਾਨਾਂ ਦਾ ਵਿਰੋਧੀ ਬਿੱਲ ਜਿਹੜੇ ਹੈ ਰੱਦ ਨਹੀਂ ਕਰਾਉਂਦੇ ਅਸੀਂ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ ਦੇਸ਼ ਦਾ ਮੁਖੀ ਉਹੀ ਸਿਆਣਾ ਹੁੰਦਾ ਹੈ ਜਿਹੜਾ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣੇ ਜਿਹੜੇ ਦੇਸ਼ ਦੇ ਲੋਕਾਂ ਦੀ ਮੁਸੀਬਤ ਨੂੰ ਸਮਝੇ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਕਿ ਅੱਜ ਦੇਸ਼ ਦੀ ਆਵਾਜ਼ ਕੀ ਹੈ ਦੁਨੀਆ ਭਰ ਦੇ ਲੋਕਾਂ ਦੀ ਉਹਨਾਂ ਕੋਲ ਫਰਿਆਦ ਕੀ ਹੈ ਜੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਮੈਂ ਸਮਝਦੀ ਹਾਂ ਕਿ ਉਹ ਇੱਕ ਡਿਕਟੇਟਰਾਨਾ ਤਰੀਕੇ ਦੇ ਨਾਲ ਚੱਲ ਰਹੇ ਹੈ ਨਹੀਂ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਹੈ ਜੇ ਇਹ ਸਾਡੀ ਰੀੜ੍ਹ ਦੀ ਹੱਡੀ ਕਹਾਉਣ ਵਾਲੀ ਇੱਕ ਕਿਰਤੀ ਕੰਮ ਹੈ ਮਜ਼ਦੂਰ ਨਾਲ ਸਬੰਧਤ ਕਿੱਤੇ ਵਾਲੇ ਸਾਡੇ ਲੋਕ ਹੈ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਿਰਤ ਕੀਤੀ ਆਪ ਕਿਸਾਨੀ ਕੀਤੀ ਤੇ ਉਹਨਾਂ ਨੇ ਕਿਸਾਨੀਆਂ ਦੀਆਂ ਮਿਸਾਲਾਂ ਦੇ ਕੇ ਮਨਹਾਲੀ ਕਿਸਾਨੀ ਕਰਨੀ ਇਹ ਜਿਹੜੀਆਂ ਕਿਸਾਨੀ ਦੀਆਂ ਮਿਸਾਲਾਂ ਦੇ ਕੇ ਰੂਹਾਨੀ ਸ਼ਕਤੀ ਲੈਣ ਵਾਸਤੇ ਵੀ ਸਾਨੂੰ ਉਪਦੇਸ਼ ਦਿੱਤੇ ਕਿਉਂਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਹੀ ਸਾਡਾ ਕਿਰਤੀਆਂ ਦਾ ਤੇ ਕਿਸਾਨਾਂ ਦਾ ਕਰਮ ਹੈ ਜੇ ਅੱਜ ਇਹਨਾਂ ਲੋਕਾਂ ਦੀ ਵੀ ਆਵਾਜ਼ ਸਾਡੀ ਭਾਰਤ ਸਰਕਾਰ ਨਹੀਂ ਸੁਣਦੀ ਇਹ ਸਮਝ ਲਓ ਕਿ ਅੱਜ ਦੇਸ਼ ਦੇ ਵਿੱਚ ਡੈਮੋਕਰੇਸੀ ਦਾ ਕਤਲ ਹੋ ਰਿਹਾ ਅੱਜ ਦੇਸ਼ ਦੇ ਲੋਕਾਂ ਦਾ ਹਿਊਮਨ ਰਾਈਟਸ ਜਿਹੜੇ ਹੈ ਉਹ ਖਤਮ ਹੋ ਰਹੇ